ਬਿਸਮਿਲ੍ਲਾ ਰਹਿਮਾਨ ਰਹੀਮ। ਅੱਜ ਅਸੀਂ ਤੁਹਾਨੂੰ ਉਹਨਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਕਰਕੇ ਸਾਰੇ ਪੀਰ ਫਕੀਰ ਆ, ਸਾਰੇ ਪੀਰਾਂ ਫਕੀਰਾਂ ਦੇ ਬਾਪ, ਜਿਨ੍ਹਾਂ ਤੋਂ ਸਾਰੇ ਪੀਰ ਫਕੀਰ ਸਾਡੀਆਂ ਦੁਆਵਾਂ ਨੂੰ ਪੂਰਾ ਕਰਵਾਉਂਦੇ ਆ, ਕਿਉਂ ਇਹਨਾਂ ਦੇ ਤੀਰ ਲੱਗੇ, ਕਿਹੜੇ ਘਰਾਣੇ ਦੇ ਨਾਲ ਇਹਨਾਂ ਦਾ ਸੰਬੰਧ ਹੈ। ਸੋ ਇਹ ਵੀਡੀਓ ਪੀਰਾਂ ਨੂੰ ਮੰਨਣ ਵਾਲਿਆਂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ। ਇਹਨੂੰ ਪੂਰਾ ਜ਼ਰੂਰ ਸੁਣਿਓ, ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਪਰਮਾਤਮਾ ਤੁਹਾਡਾ ਭਲਾ ਜ਼ਰੂਰ ਕਰੇਗਾ। ਹਜ਼ਰਤ ਮੌਲਾ ਹੁਸੈਨ ਜਿਨ੍ਹਾਂ ਬਾਰੇ ਅਸੀਂ ਅੱਜ ਗੱਲ ਕਰ ਰਹੇ ਹਾਂ, ਹਜ਼ਰਤ ਮੌਲਾ ਹੁਸੈਨ ਜਿਹੜੇ ਕਿ ਰੱਬ ਦੇ ਅੱਲਾਹ ਤਾਲਾ ਦੇ ਬਹੁਤ ਜ਼ਿਆਦਾ ਅਜ਼ੀਜ਼ ਸਨ, ਬਹੁਤ ਜ਼ਿਆਦਾ ਪਿਆਰੇ ਸਨ। ਇਹ ਇੱਕ ਬਹੁਤ ਵੱਡੇ ਵਲੀ ਹੋਏ ਆ, ਬਹੁਤ ਵੱਡੇ ਯੋਧੇ ਵੀ ਹੋਏ ਆ, ਜਿਨ੍ਹਾਂ ਦਾ ਸੰਬੰਧ ਪੰਚਤਨ ਪਾਕ ਦੇ ਨਾਲ ਹੈ। ਪੰਚਤਨ ਪਾਕ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡੇ ਅੱਲਾਹ ਦੇ ਆਖਰੀ ਨਬੀ ਰਸੂਲ ਹਜ਼ਰਤ ਮੁਹੰਮਦ ਮੁਸਤਫਾ ਅਤੇ ਉਹਨਾਂ ਦੇ ਦਾਮਾਦ ਹਜ਼ਰਤ ਮੌਲਾ ਅਲੀ ਸ਼ੇਰੇ ਖੁਦਾ, ਜਿਨ੍ਹਾਂ ਨੂੰ ਅੱਲਾਹ ਤਾਲਾ ਦਾ ਸ਼ੇਰ ਕਿਹਾ ਜਾਂਦਾ, ਅਤੇ ਉਹਨਾਂ ਦੀ ਧਰਮ ਪਤਨੀ ਹਜ਼ਰਤ ਬੀਬੀ ਫਾਤਿਮਾ ਤੁਲ ਜ਼ਾਹਰਾ, ਜੰਨਤ ਦੀ ਔਰਤਾਂ ਦੀ ਸਰਦਾਰ, ਅਤੇ ਉਹਨਾਂ ਦੇ ਦੋ ਸਾਹਿਬਜ਼ਾਦੇ ਮੌਲਾ ਹਸਨ ਅਤੇ ਮੌਲਾ ਹੁਸੈਨ। ਮੌਲਾ ਹੁਸੈਨ ਜੀ ਦੇ ਵੱਡੇ ਭਰਾ ਸਨ ਮੌਲਾ ਹਸਨ। ਇਹਨਾਂ ਦੇ ਤੀਰ ਕਿਉਂ ਲੱਗੇ? ਜਦੋਂ ਮਦੀਨੇ ਦੇ ਵਿੱਚ ਜਦੀਦ ਦਾ ਜ਼ੁਲਮ ਜ਼ਿਆਦੇ ਵਧਣ ਲੱਗਾ, ਇਸਲਾਮ ਨੂੰ ਖਤਰਾ ਹੋਣ ਲੱਗਾ, ਤਾਂ ਜਦੀਦ ਨੇ ਲੋਕਾਂ ਤੇ ਬੇਸ਼ੁਮਾਰ ਜ਼ੁਲਮ ਕਰਨੇ ਸ਼ੁਰੂ ਕੀਤੇ ਕਿ ਮੈਨੂੰ ਬਾਦਸ਼ਾਹ ਮੰਨੋ, ਮੇਰੀ ਇਨ ਮੰਨੋ। ਜਦੀਦ ਨੇ ਮੌਲਾ ਹੁਸੈਨ ਨੂੰ ਵੀ ਕਿਹਾ ਸੀ ਕਿ ਉਹਨਾਂ ਤੇ ਬੈਤ ਕਰੇ, ਪਰ ਮੌਲਾ ਹੁਸੈਨ ਨੇ ਜ਼ੁਲਮ ਅੱਗੇ ਝੁਕਣਾ ਕਬੂਲ ਨਹੀਂ ਕੀਤਾ, ਤੇ ਕਰਬਲਾ ਦੇ ਵਿੱਚ ਮੌਲਾ ਹੁਸੈਨ ਦੀ ਜਦੀਦ ਦੀਆਂ ਫੌਜਾਂ ਦੇ ਨਾਲ ਜੰਗ ਹੋਈ। ਉਸ ਜੰਗ ਦੇ ਵਿੱਚ ਇਹਨਾਂ ਦੇ ਤੀਰ ਲੱਗੇ, ਇਹਨਾਂ ਦੇ ਘੋੜੇ ਦੇ ਤੀਰ ਲੱਗੇ। ਇੱਕੋ ਦਿਨ ਦੇ ਵਿੱਚ ਮੌਲਾ ਹੁਸੈਨ ਜੀ ਦੇ 72 ਜੀ ਸ਼ਹੀਦ ਹੋਏ, ਜਿਨ੍ਹਾਂ ਦੇ ਵਿੱਚ ਬਜ਼ੁਰਗ ਵੀ ਸਨ, ਜਿਨ੍ਹਾਂ ਦੇ ਵਿੱਚ ਬੀਬੀਆਂ ਵੀ ਸਨ, ਨੌਜਵਾਨ ਤੇ ਬੱਚੇ ਵੀ ਸਨ। ਇਸੇ ਜੰਗ ਦੇ ਵਿੱਚ 6 ਸਾਲ ਦੇ ਮਾਸੂਮ ਅਲੀ ਅਜ਼ਗਰ ਦੀ ਧੌਣ ਵਿੱਚ ਪਾਪੀਆਂ ਨੇ ਤੀਰ ਮਾਰ ਕੇ ਸ਼ਹੀਦ ਕੀਤਾ ਸੀ। ਇਸਲਾਮ ਨੂੰ ਜ਼ਿੰਦਾ ਰੱਖਣ ਵਾਸਤੇ ਮੌਲਾ ਹੁਸੈਨ ਜੀ ਨੇ ਆਪਣਾ ਪਾਕ ਲਹੂ ਉੱਥੇ ਡੋਲਿਆ, ਕਰਬਲਾ ਦੇ ਵਿੱਚ। ਅੱਜ ਵੀ ਉੱਥੇ ਬਹੁਤ ਆਲੀਸ਼ਾਨ ਰੋਜ਼ਾ ਬਣਿਆ ਹੋਇਆ ਹੈ ਮੌਲਾ ਹੁਸੈਨ ਜੀ ਦਾ। ਉੱਥੇ ਇਹਨਾਂ ਦੀਆਂ ਸ਼ਹਾਦਤਾਂ ਹੋਈਆਂ, ਜਿੰਨੇ ਵੀ ਪੀਰ ਫਕੀਰ ਵਲੀ ਹੋਏ ਆ, ਇਹਨਾਂ ਦੀ ਮਰਜ਼ੀ ਤੋਂ ਬਿਨਾਂ ਕੋਈ ਵਲੀ ਨਹੀਂ ਹੋ ਸਕਦਾ, ਕੋਈ ਪੀਰ ਨਹੀਂ ਹੋ ਸਕਦਾ। ਇਹਨਾਂ ਦੀ ਮਰਜ਼ੀ, ਇਹਨਾਂ ਦੀ ਇਜਾਜ਼ਤ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ। ਜਦੋਂ ਵੀ ਤੁਹਾਡਾ ਕੋਈ ਕੰਮ ਅੜ ਜਾਵੇ, ਕੋਈ ਆਸ ਮੁਰਾਦ ਪੂਰੀ ਨਾ ਹੁੰਦੀ ਹੋਵੇ, ਤਾਂ ਆਪਣੀ ਦੁਆ ਦੇ ਵਿੱਚ ਤਨੋ ਮਨੋ ਦਿਲੋਂ ਸਤਿਕਾਰ ਦੇ ਨਾਲ ਝੁੱਕ ਕੇ, ਇਹਨਾਂ ਪ੍ਰਤੀ ਸ਼ਰਧਾ ਰੱਖ ਕੇ, ਇਹਨਾਂ ਦਾ ਵਾਸਤਾ ਸਦਕਾ ਆਪਣੀ ਦੁਆ ਦੇ ਵਿੱਚ ਦਵੋ। ਚਾਹੇ ਤੁਸੀਂ ਕਿਸੇ ਵੀ ਪੀਰ ਨੂੰ ਮੰਨੋ, ਤਾਂ ਹੋ ਨਹੀਂ ਸਕਦਾ ਕਿ ਪੀਰੋ ਦੁਆ ਕਬੂਲ ਨਾ ਕਰਨ। ਵੱਡੀ ਤੋਂ ਵੱਡੀ ਦੁਆ ਕਬੂਲ ਹੋਵੇਗੀ ਜਿਸ ਦੁਆ ਦੇ ਵਿੱਚ ਮੌਲਾ ਹੁਸੈਨ ਦਾ ਪੰਚਤਨ ਪਾਕ ਦਾ ਸਦਕਾ ਵਾਸਤਾ ਦਿੱਤਾ ਜਾਵੇਗਾ। ਮੌਲਾ ਹੁਸੈਨ ਜੀ ਆਪਣੇ ਨਾਨਾ ਜਾਨ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਤਾਲਾ ਵਾਲੇ ਵਸੱਲਮ, ਉਹਨਾਂ ਦੇ ਬਹੁਤ ਜ਼ਿਆਦਾ ਪਿਆਰੇ ਹਨ। ਦੇਖੋ ਅੱਲਾਹ ਦੇ ਨਬੀ ਕਹਿ ਰਹੇ ਆ
ਕਿ ਮੈਂ ਹੁਸੈਨ ਸੇ ਹੂੰ, ਹੁਸੈਨ ਮੁਝ ਸੇ ਹੈ। ਕਿੱਡਾ ਵੱਡਾ ਰੁਤਬਾ, ਕਿੱਡੀ ਵੱਡੀ ਸ਼ਾਨ ਦਿੱਤੀ ਆ। ਅੱਲਾ ਦੇ ਨਬੀ ਨੇ ਆਪਣੇ ਸ਼ਹਿਜ਼ਾਦੇ ਨੂੰ, ਉਹਨਾਂ ਦੇ ਨਾਨਾ ਸਨ ਅੱਲਾ ਦੇ ਆਖਰੀ ਨਬੀ ਮੌਲਾ ਹੁਸੈਨ ਮੌਲਾ ਹਸਨ ਜੀ ਦੇ, ਮੌਲਾ ਹਸਨ ਜੀ ਨੂੰ ਜ਼ਹਿਰ ਦੇ ਕੇ ਧੋਖੇ ਦੇ ਨਾਲ ਸ਼ਹੀਦ ਕੀਤਾ ਗਿਆ ਤੇ ਮੌਲਾ ਹਸਨ ਜੀ ਨੇ ਇਸਲਾਮ ਨੂੰ ਪੁਰ ਜੀਵਤ ਕਰਨ ਦੇ ਲਈ ਕਰਬਲਾ ਦੇ ਵਿੱਚ ਆਪਣਾ ਪਾਕ ਲਹੂ ਡੋਲਿਆ ਤੇ ਅੱਲਾ ਤਾਲਾ ਦੀ ਖਾਤਰ ਸ਼ਹਾਦਤਾਂ ਦਿੱਤੀਆਂ। ਸਾਰੇ ਪੀਰਾਂ ਫਕੀਰਾਂ ਦਾ ਸਿਜਰਾ ਇਹਨਾਂ ਦੇ ਨਾਲ ਜਾ ਮਿਲਦਾ। ਇਹਨਾਂ ਦੀ ਮਰਜ਼ੀ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ, ਕਿਉਂਕਿ ਅੱਲਾ ਤਾਲਾ ਦੇ ਬਹੁਤ ਜ਼ਿਆਦਾ ਪਿਆਰੇ ਸਨ। ਇਹ ਪੰਚਤਨ ਪਾਕ ਘਰਾਨਾ ਅੱਲਾ ਤਾਲਾ ਦਾ ਹੀ ਘਰਾਨਾ ਆ। ਜਿਹੜੇ ਪੰਜ ਚਿਰਾਗ ਆਪਾਂ ਰੋਸ਼ਨ ਕਰਦੇ ਹਾਂ, ਉਹਨਾਂ ਵਿੱਚੋਂ ਇੱਕ ਚਿਰਾਗ ਮੌਲਾ ਹਸਨ ਮੌਲਾ ਹੁਸੈਨ ਜੀ ਦਾ ਵੀ ਹੁੰਦਾ ਹੈ। ਇਸ ਕਰਕੇ ਇਹਨਾਂ ਦਾ ਸਦਕਾ ਵਾਸਤਾ ਜ਼ਰੂਰ ਦਵੋ, ਤੁਹਾਡੀ ਦੁਆ ਜ਼ਰੂਰ ਕਬੂਲ ਹੋਵੇਗੀ ਅੱਲਾ ਤਾਲਾ ਦੀ ਕਚਹਿਰੀ ਦੇ ਵਿੱਚ, ਅਤੇ ਉਹ ਵੀ ਹੋ ਜਾਵੇਗਾ ਜੋ ਤੁਸੀਂ ਕਦੇ ਸੋਚਿਆ ਨਹੀਂ ਹੋਵੇਗਾ। ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਮੌਲਾ ਹੁਸੈਨ ਤੁਹਾਡੀਆਂ ਸਾਰੀਆਂ ਮੁਸ਼ਕਿਲਾਂ ਨੂੰ ਖਤਮ ਕਰ ਦੇਣਗੇ।